ਸਾਰੇ ਇੱਥੇ ਜਿੰਨੇ ਵੀ ਇਹ ਆਪਣੇ ਪਰਿਵਾਰ ਨੇ ਤੇ ਇਹਨਾਂ ਦੇ ਨਾਲ ਸਵੇਰੇ ਸਵੇਰੇ ਚਾਹ ਦਾ ਕੱਪ ਇੱਥੇ ਸਾਂਝਾ ਕਰੀਦਾ, ਅੱਗੇ ਵੀ ਰੂਟੀਨ 'ਚ ਕਰੀਦਾ। ਲੋਕਾਂ ਵੱਲੋਂ ਕਿੰਨੀ ਕੁ ਲੋਕਾਂ ਨੂੰ ਤੁਸੀਂ ਚਿਹਰੇ ਦੇ ਰੌਣਕ ਦੱਸ ਦਿੰਦੀ ਬੰਦੇ ਦੀ ਕਿ ਉਹ ਕਿੰਨਾ ਕੁ ਉਹਦੇ ਮਨ 'ਚ ਸਾਡੇ ਪ੍ਰਤੀ ਪਿਆਰ ਆ, ਮੁਹੱਬਤ ਆ। ਮੈਂ ਇੱਥੋਂ ਨਿਕਲਿਆ ਧਰਤੀ ਤੋਂ, ਇੱਥੇ ਹਰ ਤਰ੍ਹਾਂ ਦੇ ਕੰਮ ਅਸੀਂ ਜਦੋਂ ਬੰਦੇ ਨੇ ਹੱਥੀਂ ਕੀਤੇ ਹੋਣਾ ਫਿਰ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਹੁਣ ਤੁਸੀਂ ਚੈਨਲ ਚਲਾਉਂਦੇ ਤੁਹਾਨੂੰ ਕੋਈ ਸਮਝਾਉਣ ਦੀ ਲੋੜ ਪਊ ਵੀ ਕੈਮਰਾ ਕਿੱਦਾਂ ਫੜਨਾ ਕਿਵੇਂ ਹੈ। ਇਹ ਜਿਹੜੇ ਕੰਮ ਹੋਏ ਨਾ ਇਹ ਜਨਰਲ ਲੋਕਾਂ ਲਈ ਹੋਏ ਆ, ਇਹਦੇ 'ਚ ਭਾਵੇਂ ਕੋਈ ਪਿੰਡ 'ਚ ਬੈਠਾ ਹੈ, ਭਾਵੇਂ ਸ਼ਹਿਰ 'ਚ ਬੈਠਾ ਹੈ, ਭਾਵੇਂ ਮੁਹੱਲੇ 'ਚ ਬੈਠਾ ਹੈ, ਭਾਵੇਂ ਕਿਤੇ ਮਤਲਬ ਛੋਟੀ ਤੋਂ ਛੋਟੀ ਜਗ੍ਹਾ 'ਤੇ ਵੀ ਬੈਠਾ, ਉਹਨੂੰ ਵੀ ਇਹਨਾਂ ਦੀ ਜਨਰਲ ਜਿਹੜੀ ਡਿਵੈਲਪਮੈਂਟ ਹੋਈ ਉਹਦਾ ਫਾਇਦਾ ਹੋਇਆ। ਕਿਹੜਾ ਪਾਰਲੀਮੈਂਟ ਦੇ ਵਿੱਚ ਅਸੀਂ ਕੁਛ ਭੈਠੀਆ ਫੜਿਆ ਸੀ, ਉਹਨੂੰ ਲੋਕ ਬਹੁਤ ਪਸੰਦ ਕਰਦੇ ਕਿ ਪੰਜਾਬੀਆਂ ਦਾ ਮਾਣ ਵਧਾਇਆ। ਦੋਸਤੋ, ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਉਮੀਦਵਾਰ ਲੋਕਾਂ ਦੇ ਵਿੱਚ ਵਿਚਰਦਾ ਨਜ਼ਰ ਆ ਰਿਹਾ। ਅੱਜ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਹੀਰਾ ਪਨੀਰ ਵਾਲੀ ਦੀ ਦੁਕਾਨ 'ਤੇ ਪਹੁੰਚੇ ਨੇ ਅਤੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਆ। ਤੁਹਾਨੂੰ ਦੱਸ ਦਈਏ ਕਿ ਹੀਰਾ ਪਨੀਰ ਵਾਲੇ ਵੱਲੋਂ ਵੀ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਮੈਂ ਆਜ਼ਾਦ ਉਮੀਦਵਾਰ ਖੜਾ ਹੋਵਾਂਗਾ, ਪਰ ਇਸ ਵੇਲੇ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ ਮਿਲਣ ਵਾਸਤੇ ਪਹੁੰਚੇ ਆ ਕਿ ਰਲ ਕੇ ਅਸੀਂ ਅੰਮ੍ਰਿਤਸਰ ਦੀ ਜੰਗ ਲੜੀਏ, ਅੰਮ੍ਰਿਤਸਰ ਦੇ ਜਿਹੜੇ ਸੁਧਾਰ ਹੋਣ ਵਾਲੇ ਉਹਨੂੰ ਰਲ ਕੇ ਅਸੀਂ ਇਹਨੂੰ ਕਲੀਅਰ ਕਰੀਏ। ਤਾਂ ਦੇਖ ਸਕਦੇ ਹੋ ਕਿ ਹੁਣ ਆਸ ਪਾਸ ਇੱਥੇ ਮਿਲਦੇ ਨਜ਼ਰ ਆ ਰਹੇ ਆ। ਹੀਰਾ ਪਨੀਰ ਵਾਲੇ ਦੀ ਦੁਕਾਨ ਦੇ ਉੱਤੇ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ ਤਾਂ ਮਿਲਦੇ ਨਜ਼ਰ ਆ ਰਹੇ ਨੇ। ਜਿਹੜੇ ਇੱਥੇ ਲੋਕ ਬੈਠੇ ਨੇ, ਚਾਹ ਦੀਆਂ ਚੁਸਕੀਆਂ ਦੇ ਨਾਲ ਵੱਡੇ ਵੱਡੇ ਫੈਸਲੇ ਹੋ ਜਾਂਦੇ ਨੇ ਤਾਂ ਚਾਹ ਦੀ ਚੁਸਕੀ ਦੇ ਨਾਲ ਹੀ ਕਹਿ ਸਕਦੇ ਹਾਂ ਕਿ ਬੜੀਆਂ ਜੰਗਾਂ ਜਿੱਤੀਆਂ ਜਾਂਦੀਆਂ ਨੇ ਟੇਬਲ 'ਤੇ ਬੈਠ ਕੇ। ਤਾਂ ਉਹਦਾ ਜਿਹੜੀ ਇਲੈਕਸ਼ਨ ਆ ਰਹੀ ਹੈ, ਜਿਹੜੀਆਂ ਚੋਣਾਂ ਆ ਰਹੀਆਂ, ਉਹਦਾ ਵੀ ਫੈਸਲਾ ਲੋਕ ਟੇਬਲ 'ਤੇ ਬੈਠ ਕੇ ਕਰਦੇ ਪਏ ਨੇ, ਸਲਾਹ ਕਰਦੇ ਪਏ ਨੇ ਕਿ ਕਿਹਨੂੰ ਵੋਟਾਂ ਦਿੱਤੀਆਂ ਜਾਣ। ਸੋ ਅੰਮ੍ਰਿਤਸਰ ਦੀ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ, ਜਿੱਥੇ ਹਰ ਉਮੀਦਵਾਰ ਲਗਾਤਾਰ ਇਸੇ ਤਰੀਕੇ ਦੇ ਨਾਲ ਸਵੇਰੇ ਕਰੀਬ 6 ਵਜੇ ਦੇ ਕਰੀਬ ਕਰੀਬ ਘਰੋਂ ਨਿਕਲ ਜਾਂਦੇ ਨੇ ਤਾਂ ਪੂਰਾ ਦਿਨ ਇਸੇ ਤਰੀਕੇ ਨਾਲ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਪਈਆਂ। ਹਰ ਇੱਕ ਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਕਿਉਂ ਤੁਹਾਡੇ ਵਾਸਤੇ ਲਾਹੇਵੰਦ ਹੈ, ਕਿਉਂ ਤੁਹਾਡੇ ਕੰਮ ਜਿਹੜੇ ਨੇ ਉਹ ਜਲਦ ਤੋਂ ਜਲਦ ਹੋਣਗੇ। ਇਹ ਜਿਹੜੀਆਂ ਗੱਲਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਇੱਕ ਵਾਰ ਵੋਟ ਪਾ ਕੇ ਕਾਮਯਾਬ ਕਰੋ, ਫਿਰ ਅੰਮ੍ਰਿਤਸਰ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਜਾ ਕੇ ਜ਼ਰੂਰ ਚੁੱਕੀ ਜਾਏਗੀ। ਗੱਲਬਾਤ ਵੀ ਕਰਾਂਗੇ ਆਮ ਜਨਤਾ ਦੇ ਨਾਲ ਵੀ ਅਤੇ ਨਾਲ ਦੇ ਨਾਲ ਗੁਰਜੀਤ ਸਿੰਘ ਔਜਲਾ ਦੇ ਨਾਲ ਵੀ। ਅਤੇ ਵਿਧਾਇਕ, ਸਾਬਕਾ ਵਿਧਾਇਕ ਸੁਨੀਲ ਦੱਤੀ ਵੀ ਨਾਲ ਮੌਜੂਦ ਨੇ ਇਸ ਹਲਕੇ ਦੇ ਵਿੱਚ। ਗੁਰਜੀਤ ਸਿੰਘ ਔਜਲਾ ਪਹੁੰਚੇ ਨੇ ਜਿੱਥੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਤਾਂ ਗੱਲਬਾਤ ਸਾਂਝੀ ਕਰਦੇ ਹਾਂ ਗੁਰਜੀਤ ਸਿੰਘ ਔਜਲਾ ਦੇ ਨਾਲ ਜਿਹੜੇ ਮੌਜੂਦਾ ਐਮ ਪੀ ਵੀ ਨੇ ਤਾਂ ਹੁਣ ਤਿਆਰੀਆਂ ਨੇ, ਚੋਣਾਂ ਦੀਆਂ ਤਿਆਰੀਆਂ ਨੇ। ਔਜਲਾ ਸਾਹਿਬ ਮੌਜੂਦ ਹੈ, ਸਤਿ ਸ਼੍ਰੀ ਅਕਾਲ ਔਜਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਅੱਛਾ ਔਜਲਾ ਸਾਹਿਬ, ਤਾਂ ਦੇਖ ਸਕਦੇ ਹੋ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆ ਰਹੇ ਆ ਅਤੇ ਭਰੋਸਾ ਦਿੰਦੇ ਪਏ ਨੇ ਕਿ ਇਸ ਵਾਰ ਤੁਹਾਨੂੰ ਹੀ ਚੁਣਿਆ ਜਾਏਗਾ। ਪਰ ਦੇਖਦੇ ਹਾਂ ਕਿਸ ਤਰੀਕੇ ਨਾਲ ਔਜਲਾ ਸਾਹਿਬ ਸਾਰਾ ਦਿਨ ਲਗਾਤਾਰ ਇਸੇ ਤਰੀਕੇ ਨਾਲ ਨਿਕਲਦਾ ਲੋਕਾਂ ਦੇ ਵਿੱਚ, ਵਿਚਰਨਾ ਪੈ ਰਿਹਾ ਲੋਕਾਂ ਦੇ ਵਿੱਚ, ਕਿੰਨੇ ਕੁ ਲੋਕਾਂ ਨੂੰ ਅਸੀਂ ਕਿੰਨੇ ਕੁ ਜਿਹੜੇ ਆਪਣੇ ਲੋਕ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ? ਸਾਰੇ ਇੱਥੇ ਜਿੰਨੇ ਵੀ ਇਹ ਆਪਣੇ ਪਰਿਵਾਰ ਨੇ ਤੇ ਇਹਨਾਂ ਦੇ ਨਾਲ ਸਵੇਰੇ ਸਵੇਰੇ ਚਾਹ ਦਾ ਕੱਪ ਇੱਥੇ ਸਾਂਝਾ ਕਰੀਦਾ, ਅੱਗੇ ਵੀ ਰੂਟੀਨ 'ਚ ਕਰੀਦਾ। ਔਰ ਲੋਕਾਂ ਵੱਲੋਂ ਕਿੰਨੀ ਕੁ ਲੋਕਾਂ ਨੂੰ ਤੁਸੀਂ ਚਿਹਰੇ ਦੇ ਰੌਣਕ ਦੱਸ ਦਿੰਦੀ ਬੰਦੇ ਦੀ ਕਿ ਉਹ ਕਿੰਨਾ ਕੁ ਉਹਦੇ ਮਨ 'ਚ ਸਾਡੇ ਪ੍ਰਤੀ ਪਿਆਰ ਆ, ਮੁਹੱਬਤ ਆ, ਉਹ ਤੁਸੀਂ ਜ਼ਿਆਦਾ ਨੋਟ ਕਰ ਸਕਦੇ ਜੀ। ਅੱਛਾ, ਲੋਕਾਂ ਨੇ ਕੀਤੇ ਕੰਮਾਂ ਨੂੰ ਰੈਕੋਗਨਾਈਜ਼ ਕੀਤਾ, ਜਿਹੜੀ ਸਭ ਤੋਂ ਵੱਡੀ ਚੀਜ਼ ਹੈ। ਉਹਦੇ ਬਸ ਇੱਦਾਂ ਲੱਗਾ ਰਹੇ, ਥੋੜੀ ਬਹੁਤ ਗੱਲਬਾਤ ਕਰਦੇ ਆ ਕਿ ਜਿਹੜੇ ਜਿਹੜੇ ਸਾਡੇ ਰੁੱਕ ਗਏ ਉਹਨਾਂ ਦੀ ਸਮੱਸਿਆ ਸੁਣੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਜਿਹੜੇ ਰੁੱਕ ਗਏ ਕੰਮ ਉਹ ਵੀ ਕਰਨ? ਦੇਖੋ, ਰੁਕੇ ਕੰਮ ਜਿਹੜੇ ਨਾ, ਮੇਰੇ ਤਕਰੀਬਨ ਕੱਲ੍ਹ ਮੈਂ CII ਦੀ ਇੱਕ ਉਹਨਾਂ ਦਾ ਸੀ
ਮੈਂ ਮਤਲਬ ਪ੍ਰੋਗਰਾਮ ਸੀ ਉਹ 'ਚ ਗਿਆ ਸਾਂ। ਉਹਨਾਂ ਨੂੰ ਮੈਂ ਪਹਿਲਾਂ ਆਪਣਾ ਵਿਜ਼ਨ ਡਾਕੂਮੈਂਟ ਫੜਾ ਦਿੱਤਾ, ਫਿਰ ਮੈਂ ਕਿਹਾ ਤੁਸੀਂ ਬੋਲੋ। ਜਦੋਂ ਬੋਲਿਆ ਤਾਂ ਮੈਂ ਹੁਣ ਇਹ 'ਚ ਪੜ੍ਹੂ, ਅਤੇ ਸਭ ਕੁਝ ਉਹਨਾਂ ਨੇ ਪੜ੍ਹਿਆ। ਆਉਂਦੇ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਂ ਕਿਹਾ ਕਾਲਪੁਰਖ ਹੈ ਨਾ, ਮੈਂ ਇੱਥੋਂ ਨਿਕਲਿਆ ਧਰਤੀ ਤੋਂ। ਇੱਥੇ ਹਰ ਤਰ੍ਹਾਂ ਦੇ ਕੰਮ ਅਸੀਂ ਜਦੋਂ ਬੰਦੇ ਨੇ ਹੱਥੀਂ ਕੀਤੇ ਹੋਣ ਨਾ, ਫਿਰ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਹੁਣ ਤੁਸੀਂ ਚੈਨਲ ਚਲਾਉਂਦੇ, ਤੁਹਾਨੂੰ ਕੋਈ ਸਮਝਾਉਣ ਦੀ ਲੋੜ ਪਊ ਵੀ ਕੈਮਰਾ ਕਿੱਦਾਂ ਫੜਨਾ, ਕਿਵੇਂ? ਕਿਉਂਕਿ ਇਹ ਨਿਪੁੰਨਤਾ ਸਮੇਂ ਨਾਲ ਆਉਂਦੀ ਹੈ ਬੰਦੇ 'ਤੇ, ਇੱਕਦਮ ਨਹੀਂ ਆ ਸਕਦੀ। ਪਿੰਡਾਂ ਵਿੱਚ ਕਿੰਨਾ ਕੁ ਭਰੋਸਾ ਜਿਹੜਾ ਦਿੱਤਾ ਜਾ ਰਿਹਾ? ਬਹੁਤ ਬਹੁਤ ਹੁੰਗਾਰਾ। ਦੇਖੋ, ਇਹ ਜਿਹੜੇ ਕੰਮ ਹੋਏ ਨਾ, ਇਹ ਜਨਰਲ ਲੋਕਾਂ ਲਈ ਹੋਏ ਆ। ਇਹਦੇ 'ਚ ਭਾਵੇਂ ਕੋਈ ਪਿੰਡ 'ਚ ਬੈਠਾ ਹੈ, ਭਾਵੇਂ ਸ਼ਹਿਰ 'ਚ ਬੈਠਾ ਹੈ, ਭਾਵੇਂ ਮੁਹੱਲੇ 'ਚ ਬੈਠਾ ਹੈ, ਭਾਵੇਂ ਕਿਤੇ ਮਤਲਬ ਛੋਟੀ ਤੋਂ ਛੋਟੀ ਜਗ੍ਹਾ 'ਤੇ ਵੀ ਬੈਠਾ, ਉਹਨੂੰ ਵੀ ਇਹਨਾਂ ਦੀ ਜਨਰਲ ਜਿਹੜੀ ਡਿਵੈਲਪਮੈਂਟ ਹੋਈ ਉਹਦਾ ਫਾਇਦਾ ਹੋਇਆ, ਉਹਦਾ ਲੋਕ ਮਹਿਸੂਸ ਕਰਦੇ ਕਿ ਵਾਕਿਆ। ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਅਸੀਂ ਉਸ ਭੈਠੀਆ ਫੜਿਆ ਸੀ, ਉਹਨੂੰ ਲੋਕ ਬਹੁਤ ਪਸੰਦ ਕਰਦੇ ਕਿ ਪੰਜਾਬੀਆਂ ਦਾ ਮਾਣ ਵਧਾਇਆ। ਗੱਲ ਚੱਲਦੀ ਹੈ ਜਦੋਂ ਵੀ ਜਾਂਦੇ ਜੇ ਕਿਤੇ, ਆ ਹੁਣੇ ਆ ਮੁੰਡੇ ਇੱਥੇ ਆਏ, ਗੁਰਦਾਸਪੁਰ ਵਿੱਚ ਵੀ ਆਉਂਦੀ ਹੈ ਜਦੋਂ ਅਸੀਂ ਕਰਦੇ, ਆ ਮੁੰਡੇ ਗੁਰਦਾਸਪੁਰ ਤੋਂ ਆਏ ਆ। ਹਾਂਜੀ, ਭਾਜੀ ਕੀ ਤੁਹਾਨੂੰ ਉਦੋਂ ਮਾਣ ਮਹਿਸੂਸ ਹੋਇਆ ਸੀ ਕਿ? ਸਾਨੂੰ, ਅਸੀਂ ਗੁਰਦਾਸਪੁਰ ਤੋਂ ਸਪੈਸ਼ਲ ਇਹਨਾਂ ਦੀ ਕੰਪੇਨ ਕਰਨ ਵਾਸਤੇ ਆਏ ਹਾਂ ਜੀ। ਜਦੋਂ ਇਹਨਾਂ ਨੇ ਉਹ ਬੰਬ ਫੜਿਆ, ਸਾਨੂੰ ਪਤਾ ਲੱਗਾ ਵੀ ਸਾਡੇ ਪੰਜਾਬ ਦੇ ਅਜੇ ਵੀ ਮਾਵਣੇ ਇਹੋ ਜਿਹੇ ਪੁੱਤ ਜੰਮੇ ਆ ਜਿਹੜੇ ਮੁਸੀਬਤ ਦੇ ਟਾਈਮ 'ਤੇ ਢਾਲ ਬਣ ਕੇ ਇੰਡੀਆ ਦੇ ਰਖਵਾਲੀ ਕਰ ਸਕਦੇ ਆ। ਹਾਂਜੀ, ਮਾਣ ਪੂਰਾ ਮਹਿਸੂਸ ਹੋਇਆ, ਪੂਰਾ ਮਾਣ ਮਹਿਸੂਸ, ਤਾਂ ਹੀ ਇੱਥੇ ਆਏ ਆ ਜੀ। ਸਿੱਖੀ ਅਤੇ ਪੰਜਾਬੀਅਤ? ਸਿੱਖੀ ਅਤੇ ਪੰਜਾਬੀ। ਤੁਸੀਂ ਵੀ ਉੱਥੋਂ ਹੀ ਆਏ ਜੀ? ਹਾਂਜੀ ਬਿਲਕੁਲ ਜੀ, ਮੈਂ ਵੀ ਉੱਥੋਂ ਹੀ ਆਇਆ, ਮੈਂ ਤਾਂ ਵੱਡਾ ਭਰਾ ਹੀ ਹਾਂ ਜੀ। ਅਸੀਂ ਭਾਅ ਜੀ ਨਾਲ ਆ ਕੇ ਜਿਹੜੀ ਭਾਅ ਜੀ ਦੀ ਜਿਹੜੀ ਅਸੀਂ ਸਿੰਪਲਿਸਿਟੀ ਦੇਖੀ ਹੈ ਕਿ ਭਾਅ ਜੀ ਖੁਦ ਸਾਨੂੰ ਆਪ ਲੈ ਕੇ ਲੋਕਾਂ ਦੇ ਵਿੱਚ ਆਪ ਵਿਚਰ ਰਹੇ ਨੇ। ਆਪਣੀ ਕਾਰ ਖੁਦ ਚਲਾ ਕੇ ਸਾਨੂੰ ਨਾਲ ਬਿਠਾ ਕੇ, ਨਹੀਂ ਤਾਂ ਕੋਈ ਐਮ ਪੀ ਤੀਸਰੀ ਵਾਰ ਦਾ, ਠੀਕ ਆ ਜੀ, ਇੱਦਾਂ ਅਸੀਂ ਈਗੋ ਨਹੀਂ ਜਾਂਦੀ, ਈਗੋ ਉਹਨਾਂ 'ਚ ਜਿਹੜੇ ਅੱਜ ਦੇ ਇਨਕਲਾਬ ਵਾਲੇ ਬਣੇ ਆ, ਤੁਸੀਂ ਉਹਨਾਂ ਦਾ ਹਾਲ ਵੇਖ ਲਓ, ਅਤੇ ਜਿਹੜੇ ਤੀਸਰੀ ਵਾਰੀ ਇਲੈਕਸ਼ਨ ਲੜ ਰਹੇ ਉਹਨਾਂ ਦਾ ਦੇਖ ਲਓ। ਇਸ ਕਰਕੇ ਕਹਿੰਦੇ ਫਲ ਜਿਹੜਾ ਨੀਵੇਂ ਰੁੱਖਾਂ ਨੂੰ ਲੱਗਦਾ, ਜੋ ਇਹਨਾਂ ਦੀ ਨੇਚਰ ਆ, ਇਹਦੇ ਕਰਕੇ ਤੀਸਰੀ ਵਾਰੀ ਚੰਗੀ ਲੀਡ ਨਾਲ ਜਿੱਤ ਕੇ ਜਾਣ। ਬਿਲਕੁਲ ਬਿਲਕੁਲ, ਵਕਤ ਦੱਸੇਗਾ ਕਿ ਕਿਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਹੁੰਦੀ, ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਵਿਚਰਿਆ ਜਾ ਰਿਹਾ। ਤਾਂ ਗੁਰਦਾਸਪੁਰ ਤੋਂ ਨੌਜਵਾਨ ਪਹੁੰਚੇ ਨੇ ਪ੍ਰਚਾਰ ਕਰਨ ਵਾਸਤੇ। ਦੱਸਿਆ ਜਾ ਰਿਹਾ ਕਿ ਅਸੀਂ ਜਦੋਂ ਉਹ ਪਾਰਲੀਮੈਂਟ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਹਨੂੰ ਜਦੋਂ ਯਾਦ ਕਰਦੇ ਹਾਂ, ਤਾਂ ਸਾਨੂੰ ਲੱਗਦਾ ਹੈ ਕਿ ਵਾਕਿਆ ਹੀ ਪੰਜਾਬ ਦੇ ਵਿੱਚ ਇੱਕ ਐਸਾ ਸਿੱਖ ਚਿਹਰਾ ਹੈਗਾ ਜਿਹੜਾ ਸਾਡੀਆਂ ਹੱਕੀ ਜੰਗਾਂ ਲੜ ਸਕਦਾ, ਜਿਹੜਾ ਸਾਡੇ ਵਾਸਤੇ ਖਾਸ ਕਰ ਸਕਦਾ। ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਇਹ ਅੰਮ੍ਰਿਤਸਰ ਦੀ ਤਸਵੀਰ ਆ, ਅੰਮ੍ਰਿਤਸਰ ਦੀ ਚਾਹ ਵਾਲੀਆਂ ਦੁਕਾਨਾਂ ਦੇ ਉੱਤੇ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ, ਤਮਾਮ ਸਮਰਥਕ ਜਿਹੜੇ ਉਹਨਾਂ ਦੇ ਨਾਲ ਨੇ, ਅਤੇ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਮੁਲਾਕਾਤ ਵੀ ਜਿਹੜੀ ਆ ਲਗਾਤਾਰ ਗੁਰਜੀਤ ਸਿੰਘ ਔਜਲਾ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਸਮਾਂ ਦੱਸੇਗਾ ਕਿ ਕਿਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਹੁੰਦੀ ਹੈ, ਲੋਕ ਕਿੰਨਾ ਕੁ ਪਸੰਦ ਕਰਦੇ ਆ, ਇਹ ਟਾਈਮ ਦੱਸੇਗਾ। ਜਦੋਂ ਚੋਣਾਂ ਦਾ ਟਾਈਮ ਆਏਗਾ ਤਾਂ ਲੋਕ ਮੋਹਰ ਲਗਾਉਣਗੇ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।